ਸਲਾਮ ਅਲੈਕੁਮ ਨਾਜ਼ਰੀਨ, ਮੈਂ ਤੁਸਾਂ ਮਜ਼ਬਾਨ ਚੌਧਰੀ ਸੱਬਰ ਸ਼ਰਾਜ, ਇਸ ਟਾਈਮ ਜਨਾਜ਼ੀ ਵਿਰ ਤਸੀਰ ਚਮਕ ਰੋਡ ਚਕਸਵਾੜ ਜ਼ਿਲ੍ਹਾ ਮੀਰਪੁਰ ਦਾਦ ਕਸ਼ਮੀਰ। ਨਾਜ਼ਰੀਨ, ਗੁਜ਼ਸ਼ਤਾ ਤਕਰੀਬਨ ਇੱਕ ਮਾਹ ਤੋਂ ਉੱਪਰ ਹੋਏਗਾ ਟਾਈਮ, ਇਸਕੀ ਪੱਟੀ ਕੇ ਇਸਕੀ ਜਿਹੜਾ ਪੱਥਰ ਪਾਇਆ ਸੀ, ਫਿਰ ਇਸ ਤੋਂ ਬਾਅਦ ਨਾਜ਼ਰੀਨ ਰੂਲਾ ਫੇੜੀ ਕੇ ਖਾਕਾ ਹੀ ਪਾਇਆ ਸੀ। ਉਸ ਟਾਈਮ ਨਾਜ਼ਰੀਨ ਬੰਦੇ ਨੇ ਗੱਡੀ ਸੌਖੀ ਨਹੀਂ ਹੋਈ ਜਾਣੀ ਸੀ, ਲੇਕਿਨ ਜਿਹੜੀ 5 ਜੁਲਾਈ ਸਾਲ 2024 ਬਾਰਿਸ਼ ਹੋਈ, ਇਸੀ ਵਜ੍ਹਾ ਤੋਂ ਨਾਜ਼ਰੀਨ ਤੱਕ ਸਕਦੇ ਹੋ ਸਾਰੇ ਪੱਥਰ ਨਿਕਲੀ ਆਏ ਹਾਂ। ਹੈ ਤਾਂ ਕਿਸੇ ਨਾਜ਼ਰੀਨ ਸਾਹਮਣੇ ਇਹ ਸਾਰੇ ਪੱਥਰ ਥੱਚਕ ਜਮ੍ਹਾਂ ਹੋਏ ਗਏ, ਜੋ ਇਸ ਲਈ ਨਾਜ਼ਰੀਨ ਇਹ ਵੀ ਪੱਟਣ ਗਈ ਹੈ। ਇਹ ਨਾਜ਼ਰੀਨ ਜਗ੍ਹਾ ਜਿਹੜੀ ਅਸੀਂ ਫਾਲੀ ਦੱਸੀ ਹੈ ਇਸ ਟਾਈਮ ਨਾਲ, ਇਹ ਵੀ ਸਾਰੇ ਪੱਥਰ ਪੈ ਸਕਦੇ। ਇਹ ਨਾਜ਼ਰੀਨ ਤੱਕ ਸਕਦੇ ਹੋ, ਇਹ ਜਿੱਥੇ ਜਗ੍ਹਾ ਅਸੀਂ ਖਾਲੀ ਇਸ ਟਾਈਮ ਨਜ਼ਰ ਆ ਰਹੀ ਹੈ, ਸਾਰਾ ਪੱਥਰ ਜਿਹੜਾ ਭੱਜਿਆ ਪਾਇਆ ਸੀ ਇਸਨੇ ਉੱਪਰ, ਸਾਰਾ ਰੁੜੀ ਕਿ ਨਾਲੀ ਗਿਆ ਠੀਕ ਹੈ, ਜਿੱਥੇ ਜੇ ਸਟਾਪ ਹੋ ਗਿਆ। ਸੋ ਤੱਕ ਸਕਦੇ ਨਾਜ਼ਰੀਨ, ਮੈਂ ਸਿਰਫ ਗੁਜ਼ਾਰਿਸ਼ ਕਰਨਾ ਠੇਕੇਦਾਰ ਸਾਹਿਬ ਕੀ ਕਿ ਇਸਕੀ ਬਰਾਬਰ ਕਰੀ ਕਿ ਨਾਜ਼ਰੀਨ ਦੁਬਾਰਾ ਸੇ ਖਾਕਾ ਪਾਈ ਰਹੋ। ਚਲੋ ਜਿਸ ਟਾਈਮ ਸੜਕ ਬਣ ਸੀ ਉਸ ਟਾਈਮ ਚਲੋ ਬਣੀ ਜਾਸੀ, ਲੇਕਿਨ ਇਸ ਟਾਈਮ ਨਾਜ਼ਰੀਨ ਗੱਡੀਆਂ ਇੱਥੇ ਲੰਘਣੀਆਂ ਕਿ ਜਾਂ ਗੱਡੀਆਂ ਟਾਇਰ ਪੈਂਚਰ ਹੋ ਜਾਣੇ ਸੀ ਵਜ੍ਹਾ ਤੋਂ। ਅਤੇ ਬਾਕੀ ਨਾਜ਼ਰੀਨ ਇੱਧਰੋਂ ਪੱਥਰ ਭੰਡੀਗਾ ਚਾਹੀ ਕਹਿੰਦੇ ਸਾਂ, ਇੱਥੇ ਪੱਥਰ ਭੰਡੇ ਸਾਂ, ਲੇਕਿਨ ਨਾਜ਼ਰੀਨ ਇਹ ਰਸਤਾ ਜੈਸੀ ਨਜ਼ਰ ਆ ਰਹੀ ਹੈ ਟਰੈਕਟਰ ਨੇ ਬਣਾਇਆ ਸੀ, ਇਹ ਨਾਲ ਜਿਹੜੀ ਹੈ ਨਾਲੀ ਥਲੀਆਂ 75 ਰੁਪਏ ਕੇ ਨਾਜ਼ਰੀਨ, ਇੱਥੇ ਨਾਲੀ ਬੰਦ ਕਰੀ ਕੇ ਇੱਥੋਂ ਟਰੈਕਟਰ ਚੱਲ ਰਹੇ ਹਾਂ। ਇਹ ਵੀ ਨਾਜ਼ਰੀਨ ਨਾਲੀ ਬੰਦ ਹੋ ਗਈ ਸੀ, ਇਸੀ ਵਜ੍ਹਾ ਤੋਂ ਨਾਜ਼ਰੀਨ ਸਾਰਾ ਪਾਣੀ 'ਤੇ ਜਾਣਾ ਸੀ। ਇਹ ਨਾਜ਼ਰੀਨ ਚੌਧਰੀ ਯਸੀਰ ਸਾਹਿਬ ਨਾਲ ਗੱਲਬਾਤ ਕਰਨੀ ਆ। ਅਸਲਾਮ ਵਾਲੇਕੁਮ ਚਾਚਾ, ਠੀਕ ਠਾਕ ਜੀ, ਅਲਹਮਦੁਲਿਲਾ। ਅੱਛੀ ਗੱਲ ਬੋ, ਇਹ ਰਸਤਾ ਸੀ ਖਰਾਬ ਨਜ਼ਰ ਜਿਹੜੇ ਇਸਨੇ ਬਾੜੇ ਕਿਹਾ ਸੋ ਬਾਣਾ ਚਾਹੁੰਦੇ, ਮੈਸੇਜ ਦੇਣਾ ਚਾਹੁੰਦੇ ਠੇਕਾ ਸਾਹਿਬ? ਅਸਾਂ ਮੈਸੇਜ ਦੇਣਾ ਚਾਹ ਰਹੇ ਹਾਂ, ਇੰਤਜ਼ਾਮੀਆ ਜਿਹੜਾ ਸਾਡੀ ਅਪੀਲ ਸੁਣਿਆ ਅਤੇ ਰਸਤਾ ਬਹੁਤ ਜ਼ਿਆਦਾ ਖਰਾਬ ਹੈ ਅਤੇ ਸੜਕ ਜਿਹੜੀ ਆ ਸਾਡੇ ਟਾਇਰ ਪੈਂਚਰ ਹੋਣੇ ਅਤੇ ਸਾਡੇ ਟਾਇਰ ਫਟਣੇ ਲੱਗੇ ਜੀ। ਸ਼ੁਕਰਗੁਜ਼ਾਰ ਆ ਜਿਹੜਾ ਸਾਡਾ ਪੈਗਾਮ ਪਹੁੰਚਾਣੇ ਹੋ ਇੰਤਜ਼ਾਮੀਆ ਤੱਕ ਜੀ, ਤੇ ਖਸੂਸੀ ਤੌਰ ਤੇ ਜਿਹੜਾ ਅਸਾਂ ਕਾਸਮ ਮਜੀਦ ਸਾਹਿਬ ਨੇ ਜਿਹੜੇ ਉਹਨੇ ਕੀ ਆਖਣਿਆ ਵੀ ਇਹ ਮਿਹਰਬਾਨੀ ਕਰੋ ਤਾਂ ਕਿ ਸੜਕ ਦੇ ਬਾਰੇ 'ਚ ਇਹ ਸ਼ਫਕਤ ਕੀਤੀ ਜਾ, ਅਸਾਂ ਦੁਆ ਗੋਆ ਸਾਰਿਆਂ ਵਾਸਤੇ। ਬੜੀ ਮਿਹਰਬਾਨੀ ਜਨਾਬ। ਗੁਜ਼ਾਰਾ ਨਹੀਮ ਸਾਹਿਬ ਰੁਪਿਆ ਨੇ ਜਿਹੜੇ ਵੀ ਮਤਲਬ ਜਿਹਨਾਂ ਦੀ ਖਸੂਸੀ ਦਿਲਚਸਪੀ ਨਾਲ ਸੜਕ ਦਾ ਆਗਾਜ਼ ਹੋਇਆ, ਤਾਂ ਅਸਾਂ ਸ਼ੁਕਰ ਗੁਜ਼ਾਰ ਹਾਂ ਸਾਰਿਆਂ ਨੇ। ਬੜੀ ਮਿਹਰਬਾਨੀ ਜੀ, ਅੱਲਾਹ ਖੁਸ਼ ਰੱਖੇ। ਇਹ ਠੀਕ ਹੈ, ਅੱਲਾਹ ਨੇ ਵਾਲਾ ਹੈ ਤੇ ਦੁਆ ਗੋਆ ਸਬਰ ਸਾਹਿਬ ਨੇ ਤੁਸਾਂ ਨੇ ਵੀ ਜਿਹੜਾ ਖਸੂਸੀ ਪੈਗਾਮ ਸਾਡਾ ਪਹੁੰਚਾਣਿਓ ਇੰਤਜ਼ਾਮੀਆ ਤੱਕ, ਸਾਡੀ ਖਸੂਸੀ ਇਲਤਜਾ ਜਿਹੜੀ ਹੈ ਪਹੁੰਚਾਓ ਇਨਸ਼ਾਅੱਲਾ। ਜਜ਼ਾਕਲਾ ਜੀ, ਅੱਲਾਹ ਖੁਸ਼ ਰੱਖੇ। ਇਹ ਬਹੁਤ ਮਿਹਰਬਾਨੀ ਜਨਾਬ। ਜਜ਼ਾਕਲਾ। ਇਹ ਚੌਧਰੀ ਯਸੀਨ ਸਾਹਿਬ ਹਾਂ ਜੀ, ਰਿਟਾਇਰਡ ਹਾਂ ਪੁਲਿਸ ਵਿੱਚੋਂ, ਇਹਨਾਂ ਨੇ ਬੱਚੇ ਜਿਹੜੇ ਚੌਧਰੀ ਵਸੀਮ ਸਾਹਿਬ ਚੋਂ ਅਜ਼ੀਮ ਸਾਹਿਬ ਇਸ ਟਾਈਮ ਇੰਗਲੈਂਡ ਤੋਂ ਵੀਡੀਓ ਤੱਕ ਸਾਂ। ਇਹ ਨਾਜ਼ਰੀਨ ਤੱਕ ਹੀ ਸਕਦੇ ਹੋ ਕਿਤਨੀ ਹਾਲਤ ਜ਼ਿਆਦਾ ਖਰਾਬ ਹੈ, ਇੱਥੋਂ ਗੱਡੀ ਜ਼ਰਾ ਨਾਜ਼ਰੀਨ ਬੰਦਾ ਥੋੜ੍ਹੀ ਸਪੀਡ ਗੁਜ਼ਾਰ ਸੀ ਜਾਂ ਵੈਸੇ ਗੁਜ਼ਾਰ ਸੀ, ਟਾਇਰ ਫਟਣ ਅੱਛਾ ਹੈ। ਅਤੇ ਬਾਕੀ ਨਾਜ਼ਰੀਨ ਅੱਗੇ ਵੀ ਬਹੁਤ ਜ਼ਿਆਦਾ ਤੱਕ ਸੜਕ ਖਰਾਬ ਹੈ, ਡੈਮੇਜ ਹੈ, ਲੇਕਿਨ ਮੈਂ ਕਿਹਾ ਤੱਕ ਨਾ ਦੱਸਣ ਲੱਗਾ, ਇੱਥੇ ਤੱਕ ਐਂਡ ਕਰ ਸਾਂ। ਅੱਲਾ ਹਾਫਿਜ਼, ਜਜ਼ਾਕ ਅੱਲਾ ਖੈਰ।